ਸਤਿ ਸ਼੍ਰੀ ਅਕਾਲ ਵੈਲਕਮ ਟੂ ਪਿਕਸਲ ਪੋਪੀ ਵਲੋਗ ਭਰਾ ਦੇ ਨਾਲ ਬੈਠੇ ਨਾਲ ਮੇਰੀ ਭੈਣ ਵੀ ਬੈਠੀ ਪਿੱਛੇ ਆ ਮੇਰਾ ਭੇਣ ਦਾ ਭਤੀਜਾ ਵੀ ਬੈਠਾ ਅਤੇ ਅੱਜ ਅਸੀਂ ਹੈ ਗਏ ਹੈਲੀਫੈਕਸ ਉਹ ਚੱਲੀ ਫਿਲਮ ਵਾਲੀ ਚੱਲੀ ਚੱਲੇ ਆਪਾਂ ਕਿੱਥੇ ਅੱਜ ਆਪਾਂ ਚੱਲੇ ਹਾਂ ਇੱਥੇ ਓਸ਼ਨ ਵਿਊ ਓਸ਼ਨ ਵਿਊ ਚੱਲੇ ਜੀ ਵੀਰ ਦੇ ਨਾਲ ਅਤੇ ਤੁਹਾਨੂੰ ਓਸ਼ਨ ਵਿਊ ਖਾਣੇ ਚਲੋ ਚੱਲੇ ਅਟਲਾਂਟਿਕ ਓਸ਼ਨ ਆ ਗਿਆ ਆਪਾਂ ਹੈ ਨਾ ਠੀਕ ਹੈ ਜੀ ਬੜੀ ਛੇਤੀ ਅਟਲਾਂਟਿਕ ਓਸ਼ਨ 'ਚ ਪਹੁੰਚ ਕੇ ਮੈਨੂੰ ਲੱਗਿਆ ਲੰਬਾ ਟਾਈਮ ਲੱਗੂਗਾ ਇਹਦੇ 5-7 ਮਿੰਟਾਂ ਬਾਅਦ ਇਹਨੇ ਅਟਲਾਂਟਿਕ ਓਸ਼ਨ ਲਾ ਦਿੱਤਾ 2 ਕਿਲੋਮੀਟਰ ਘਰੋਂ 2 ਕਿਲੋਮੀਟਰ ਹੀ ਆ ਸੋ ਤਾਂ ਤੁਹਾਨੂੰ ਦਰਾਜ ਤੁਹਾਨੂੰ ਕੋਈ ਵੀਡੀਓ ਨਹੀਂ ਬਣਾਈ ਗਈ ਕੋਈ ਗੱਲ ਨਹੀਂ ਪਹੁੰਚੇ ਅਸੀਂ ਇੱਕ ਜਗ੍ਹਾ 'ਤੇ ਅਤੇ ਇੱਥੇ ਸੇਬ ਬਹੁਤ ਲੱਗੇ ਆ ਬੂਟੇ ਨੂੰ ਅਤੇ ਫੈਰੀ ਦੇ ਬਿਲਕੁਲ ਲੱਗ ਹੀ ਏਰੀਆ ਪਾਰਕ ਜਿਹਾ ਥੱਲੇ ਦੇਖੋ ਪਿੱਛੇ ਸੇਬ ਹੀ ਸੇਬ ਖਿਲ ਰਹੇ ਬਿਊਟੀਫੁਲ ਕੈਨੇਡੀਅਨ ਕੋਸਟ ਗਾਰਡ ਅੱਛਾ ਸ਼ਿਪ ਸੀਗਾ ਇਹ ਵਾਲਾ ਕੈਨੇਡੀਅਨ ਕੋਸਟ ਗਾਰਡ ਅੱਛਾ ਇਹਦਾ ਪ੍ਰੋਪੈਲ ਇਹ ਸ਼ਿਪ ਦਾ ਪ੍ਰੋਪੈਲ ਆ ਪਿਆ ਓਕੇ ਜੋਹਨ ਇਹ ਮੈਕਡੋਨਲਡ ਦਾ ਉਹ ਬ੍ਰਿਜ ਵੀ ਉਹ ਲਓ ਜੀ ਆ ਉਹ ਪ੍ਰੋਫਾਈਲ ਜਿਹੜਾ ਘੁੰਮਦਾ ਸ਼ਿਪ ਦੇ ਪਿੱਛੇ ਹੈ ਨਾ ਅਤੇ ਕਹਿੰਦੇ ਵੀ ਟਾਈਟੈਨਿਕ ਦੇ ਵਿੱਚ ਦਾ ਵੀ ਪ੍ਰੋਫਾਈਲ ਇੱਦਾਂ ਦਾ ਸੀਗਾ ਅਤੇ ਮੈਂ ਫਸਟ ਟਾਈਮ ਦੇਖਿਆ ਕਿੰਨਾ ਮੋਟਾ ਦੇਖੋ ਇਹ ਮੋਟਾਈ ਹੋਈ ਤੁਹਾਨੂੰ ਕਿੰਨੀ ਆ ਹਾਂਜੀ ਕਿੰਨਾ ਮੋਟਾ ਲੁੱਕ ਕਿੱਦਾਂ ਲੱਗਦਾ ਜਿਵੇਂ ਇਹ ਨਾ ਪੱਥਰ ਹੁੰਦਾ ਪਰ ਇਹ ਪੰਜਾਬੀ 'ਚ ਆਪਣੇ ਕੀ ਕਹਿੰਦੇ ਦੇਗੀ ਲੁਹਾਵਾ ਹੈ ਨਾ ਬਾਈਕ ਲੱਗਾ ਬੜਾ ਸ਼ਾਨਦਾਰ ਮੈਨੂੰ ਬੜਾ ਮਜ਼ਾ ਆਇਆ ਵੇਖ ਕੇ ਮੇਰੇ ਪਿੱਛੇ ਲੱਗਾ ਵੈਰੀ ਬਿਊਟੀਫੁਲ ਸੁਣਨਾ ਹੀ ਪੂਰਾ ਡ੍ਰੀਮ ਮੈਂ ਬਾਈਕ ਉਹਦਾ ਵੇਖਣਾ ਪਰ ਅੱਜ ਹੈਲੀਫੈਕਸ ਦੇ ਵਿੱਚ ਵੇਖਣ ਨੂੰ ਮਿਲਿਆ Thank you.
लो जी प्योर अपना जरा असं पहुंच गए हैलीफैक्स के सैक्टर के ना की जगह सोनू की दस हैलीफैक्स वाटरफ्रंट हाँ ओके हैलीफैक्स वाटरफ्रंट कहने हाँ म्यूजियम पिछले ये अंदर कहते हैं टाइटैनिक के जो पुराने पार्ट से लभे उठे हुए इस म्यूजियम के भी लगने पिछले अंदर बार देख रहे ट्राई कर रहे हैं जो जाना मौका मिले तो तुम विखाने हैलीफैक्स के
ਇੱਥੇ ਕਿਹਦੇ ਘਰ ਲੈ ਲੈਣਾ ਬੁਰਜਾਂ ਨੇ ਆ ਮੈਨੂੰ ਤਾਂ ਤੁਹਾਨੂੰ ਆ ਲੈਗਾ ਤੂੰ ਹਾਰਟਸ ਬਣੀਆਂ ਵਾ ਢਲਾਨ ਤੇ ਉੱਚੀਆਂ ਨੀਵੇਂ ਥਾਂ ਤੇ ਹਨਾ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਮੈਨੂੰ ਲੱਗਦਾ ਜਿਵੇਂ ਮੈਂ ਸੁਪਨਾ ਲੈ ਲੈਂਦਾ ਸੱਚੀ ਮੁੱਚ ਨਹੀਂ ਦੇਖਣ ਦਿਆ ਮੈਨੂੰ ਸੁਪਨਾ ਹੀ ਆਉਣ ਦਿਆ ਵਾ ਸੀਨਰੀ ਕਿਉਂਕਿ ਸੀਨਰੀ 'ਚ ਵੇਖਿਆ ਸਾਰਾ ਕੁਛ ਨਾ ਇਹ ਹਾਂ ਹਾਂ ਵੀ ਲੱਗਦਾ ਨਹੀਂ ਕਿ ਰੀਅਲਿਸਟਿਕ ਆਪਾਂ ਵੇਖਣ ਦੇ ਹਨਾ ਹਾਂ ਹਾਂ ਬਸ 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 ਕਿਉਂਕਿ ਸਾਡੇ ਘਰਾਂ 'ਚ ਸੀਨਰੀ ਲੱਗੀਆਂ ਹੁੰਦੀਆਂ ਨਾ ਅਤੇ ਅਸੀਂ ਉਹ ਸੀਨਰੀਆਂ ਵੇਖ ਵੇਖ ਖੁਸ਼ ਹੋ ਜਾਣਾ ਵੀ ਕਿਹੜਾ ਸੋਹਣਾ ਘਰ ਕਿਹੜਾ ਸੋਹਣਾ ਘਰ ਅਤੇ ਹੁਣ ਲਾਈਫ ਲਾਈਫ ਦੇਖਣਦੇ ਹਾਂ ਨਾ ਕਿੰਨਾ ਵੱਖਰਾ ਡਿਫਰੈਂਟ ਹੈ ਭਾਈ ਦੇ ਘਰ ਨੂੰ ਜਾਂਦਾ ਰਸਤੇ ਬੜਾ ਵਧੀਆ ਯਾਰ ਲੱਗਾ ਬੰਦਾ ਬਿਊਟੀਫੁਲ ਵੇ ਹਾਂ ਚਲੋ ਕਿੱਦਾਂ ਲੋ ਜੀ ਫਾਈਨਲੀ ਭਾਈ ਦੇ ਘਰ ਪਹੁੰਚ ਚੁੱਕੇ ਹਾਂ ਅਤੇ ਭਾਈ ਦਾ ਘਰ ਸਾਹਮਣੇ ਜਾ ਕੇ ਹੁਣ ਬੂਹਾ ਖੜਕਾਉਂਦੇ ਹਾਂ ਜੀ ਭਾਈ ਦੇ ਘਰ ਪਹੁੰਚ ਗਏ ਮੈਂ ਭਾਅ ਜੀ ਕੋਲ ਪਹੁੰਚ ਗਿਆ ਅਖੀਰ ਫਾਈਨਲੀ ਭਾਅ ਜੀ ਨੇ ਮੈਨੂੰ ਸਪੋਂਸਰ ਕੀਤਾ ਸੀਗਾ ਅਤੇ ਅੱਜ ਭਾਅ ਜੀ ਦੇ ਕੋਲ ਹਾਂ ਹੈ ਨਾ ਭਾਅ ਜੀ ਨਹੀਂ ਨਹੀਂ ਭਾਅ ਜੀ ਮਤਲਬ ਤੁਸੀਂ ਮੇਰੇ ਕੋਲ ਵੇਲੇ ਦੀ ਵੈਲ ਵਿਸ਼ ਸੀਗੇ ਹੈ ਨਾ ਤਾਂ ਰਾਹ ਖੋਲਿਆ ਹੈ ਨਾ ਹਾਂ ਹਾਂ ਬਿਲਕੁਲ 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 ਜਦੋਂ ਵਾਹਿਗੁਰੂ ਨੇ ਹੈ ਨਾ ਮਿਹਰ ਕਰਨੀ ਉਦੋਂ ਹੋਣਾ ਬਾਕੀ ਭਾਅ ਜੀ ਕੋਲ ਆਏ ਹਾਂ ਕਿ ਬੜਾ ਵਧੀਆ ਲੱਗ ਰਿਹਾ ਸਹੀ ਗੱਲ ਬਹੁਤ ਮਜ਼ਾ ਆ ਰਿਹਾ ਭਾਜੀ ਚੌਂਤੀ ਨੰਬਰ ਹੈ ਨਾ ਭਾਈ ਚੋ ਇੱਕ ਬਿਲਡਿੰਗ ਆਪਣੀ ਆਹ ਅੱਗੇ ਜਾ ਕੇ ਇੱਕ ਪੌੜੀ ਆਪਾਂ ਚੜ੍ਹਨੀ ਆ ਸੋਨੂੰ ਭਾਅ ਦੇ ਘਰ ਚੱਲਣਾ ਆਪਾਂ ਇਹ ਬੱਤੀ ਤੇਤੀ ਤੇ ਉਹ ਅਗਲੀ ਚੌਂਤੀ ਹੈ ਨਾ ਗੱਡੀ ਵੀ ਲੱਗੀ ਸਰੀ ਆਹ ਆਪਣੀ ਸਰੀ ਆਪਣੀ ਗੱਡੀ ਲੱਗੀ ਹੈ ਆਹ